ਸ਼੍ਰੀਕਾਲ ਜੀ ਸਾਰਿਆਂ ਦੋਸਤਾਂ ਨੂੰ ਹੋਰ ਸਾਰੇ ਕਿਦਾਂ ਤੇ ਮਹਾਰਾ ਦੀ ਕਿਰਪਾ ਨਾਲ ਸਭ ਠੀਕ ਹੋਵੋਗੇ ਤੇ ਅੱਜ ਆਪਾਂ ਇੱਧਰ ਆਲੂਆਂ ਤੇ ਸਪਰੇਅ ਕਰਾ ਰਹੇ ਹਾਂ ਇਹ ਆਪਣੇ ਦਿਨ 80 ਦਿਨ ਦੇ ਹੋ ਗਏ ਨੇ ਆਲੂ ਇਹ ਆਪਣੇ ਆਹ ਖੇਤ ਥੋੜਾ ਜਿਹਾ ਹਲਕਾ ਵਿੱਚ ਬੇਲੇ ਦੇ ਥੋੜੀ ਜੀ ਕਮਜ਼ੋਰੀ ਹੋ ਗਈ ਜਣੀ ਇਹਨੂੰ ਵੀ ਚਲੋ ਬਿਮਾਰੀ ਪੈ ਗਈ ਥੋੜੀ ਜੀ ਜਣੀ ਵਾਕੀ ਫਿਰ ਵੀ ਠੀਕ ਆ ਆਹ ਇੱਧਰ ਜਮਾ ਹਜੇ ਉਹਨੂੰ ਜ਼ਿਆਦਾ ਤੰਦਰੁਸਤ ਆ ਇੱਧਰ ਨਹੀਂ ਹਜੇ ਇੰਨਾ ਜ਼ਿਆਦਾ ਖਰਾਬ ਹੋਇਆ ਵਾ ਹੈਗਾ ਤੇ ਅੱਜ ਆਪਾਂ ਔਰੇ ਵੀ ਸਪਰੇਅ ਕਰਾ ਰਹੇ ਹਾਂ ਇੱਥੇ ਵੀ ਵਿੱਚ ਪਟਾਸ਼ ਵੀ ਪਾਇਆ ਤੇ ਚਮਤਕਾਰ ਪਾਈਆ ਅ ਤੇ ਐਮ 45 ਪਾਈਆ ਸਟੈਪਟੋਸਾਈਕਲਿਨ ਪਾਈਆ ਤੇ ਹੁਣ ਇਹ ਇਹਦੀ ਵੀ ਲਾਸਟ ਸਪਰੇਅ ਆ ਜਿਹੜੀ 80 ਦਿਨ ਦਾ ਹੋ ਗਿਆ ਚਲੋ ਇਹ ਉਹਦੀ 90 ਦਿਨ ਦੀ ਕੀਤੀ ਚਲੋ ਇਹਦੀ ਹੁਣ 10 ਦਿਨ ਪਹਿਲਾਂ ਹੀ ਕਰਤੀ ਆਪਾਂ ਨੇ ਚਲ ਪਹਿਲਾਂ ਟਾਈਮ ਹੀ ਨਹੀਂ ਲੱਗਿਆ ਜਿਹਨੂੰ ਧੁੱਪ ਕਰਕੇ ਨਹੀਂ ਉਹਦੀ ਵੀ ਆਪਾਂ ਨੇ 80 ਦਿਨਾਂ ਦੇ ਲਈ ਉਹ ਕਰਨੀ ਸੀ ਫਿਰ ਟਾਈਮ ਨਹੀਂ ਲੱਗਿਆ ਤਾਂ ਕਰਕੇ ਉਹਦੀ ਸਪਰੇਅ ਹੋਈ ਨਹੀਂ ਤੇ ਅੱਜ ਕਰ ਰਹੇ ਹਾਂ ਤੇ ਇੱਧਰ ਆਪਣਾ ਇਹ ਆ ਡਾਇਮੰਡ ਦਾ ਆਪਾਂ ਨੇ ਬੀ ਲਿਆ ਸੀ ਉਹ ਆ ਲਾਇਆ ਹੋਇਆ ਇਹਦੀ ਵੇਲ ਤਕਰੀਬਨ ਬਹੁਤ ਵਧੀਆ ਖੜੀ ਹੈ ਤੇ ਸਾਈਜ਼ ਵੀ ਚਲੋ ਠੀਕ ਬਣਿਆ ਮੈਂ ਦੇਖਿਆ ਸੀ ਇੱਕ ਦਿਨ ਮੈਂ ਇਹ ਆਪਣਾ ਡਾਇਮੰਡ ਲਾਇਆ ਹੋਇਆ ਆਪਣਾ 26 ਇੰਚ ਮਸ਼ੀਨ ਨਾਲ ਬੀਜਿਆ ਵਾ ਤਾਂ ਕਰਕੇ ਥੋੜੀਆਂ ਵੇਲਾਂ ਵਿਰ ਲੀਆਂ ਵਿਰ ਲੀਆਂ ਲੱਗਦੀਆਂ ਨੇ ਜਣੀ ਜਿਹੜੇ ਜਿਗਜੈਗ ਨਾਲ ਲਾਦਨੇ ਆ ਉਹ ਥੋੜਾ ਜਿਹਾ ਫਸ ਕੇ ਜੇ ਖੜ ਜਾਂਦਾ ਤੇ ਆ ਆਪਣਾ ਐਲ ਆਰ ਮੁੰਡੇ ਸਪਰੇਅ ਕਰ ਰਹੇ ਨੇ ਆ ਉਹੀ ਪੰਪ ਵਾਲੀ ਕੱਲ ਵਾਲੀ ਕਰ ਰਹੇ ਨੇ ਉਧਰ ਉਧਰ ਕਰਾ ਰਹੇ ਇਸ ਜਿੰਨਾਂ ਤੋਂ ਤੇ ਆਲੂ ਦੀ ਵਧੀਆ ਸਹਿਸੂ ਜੇ ਇੱਥੇ ਵੀ ਆਪਾਂ ਨੇ ਇਹ ਪੱਟ ਕੇ ਦੇਖਿਆ ਨਹੀਂ ਸਹਿਜ ਨਹੀਂ ਆਪਾਂ ਦੇਖਦੇ ਹੁੰਦੇ ਬਾਲਾ ਪੱਟ ਕੇ ਜੇ ਨਹੀਂ ਜਿੱਦ ਨੇ ਸ਼ੁਰੂ ਕਰੀਦਾ ਕੰਮ ਉਦਾਂ ਹੀ ਦੇਖੀਦਾ ਹੁੰਦਾ ਵੀ ਕਿਵੇਂ ਕਿਵੇਂ ਆ ਆ ਮੁੰਡਾ ਸਪਰੇਅ ਕਰ ਰਿਹਾ ਤੇ ਆ ਪਾਣੀ ਲਈ ਆਲੇ ਆ ਕੇ ਪਾ ਰਿਹਾ ਇੱਕ ਬਹੁਤ ਵਧੀਆ ਸਪਰੇਅ ਕਰਦ ਨੇ ਮੁੰਡੇ ਇਹ ਆ ਦੇਖੋ ਇਹ ਡੈਮਡ ਇਹ ਆਪਣ ਨੇ ਨਹੀਂ ਵੀ ਲਿਆ ਸਿਹਤ ਕੀ ਚੱਲ ਆਏ ਸੀ ਵੀ ਥੋੜਾ ਦੇਖਦਿਆਂ ਨਾਲ ਤਜਰਬਾ ਹੋ ਜਾਂਦਾ ਵੀ ਚਲ ਹੋਰ ਵੀ ਨਾਲ ਲਾ ਲਾਂਗੇ ਇਹ ਵਿਕਦਾ ਇਹ ਰਾਸ਼ਨ ਦੇ ਉਹ ਜੀ ਆ ਕਹਿੰਦੇ ਆ ਵੀ ਹੁਣ ਇਹਦਾ ਜਦ ਪਟਾਈ ਟਾਈਮ ਦਾ ਵੈਸੇ ਕੋਈ ਰੇਟ ਨਹੀਂ ਹੁੰਦਾ ਕਹਿੰਦਾ ਵੀ ਇਹ ਸਟੋਰ ਲਾ ਕੇ ਉਸ ਤੋਂ ਬਾਅਦ ਹੀ ਵਿਕਦਾ ਤੇ ਆ ਆਪਣਾ ਐਲ ਆਰ ਇੱਧਰ ਐਲ ਆਰ ਦੀ ਅੱਜ ਆਪਣੇ 80 ਦਿਨ ਦੀ ਸਪਰੇ ਅੱਜ ਸਮਝੋ ਪੂਰੀ ਹੋ ਜਾਣੀ ਆ ਤੇ ਉਸ ਤੋਂ ਬਾਅਦ ਮੇਰੀ ਐਂਸਲਾ ਬਣਦੀ ਆ ਵੀ ਇਹ ਆਪਣੇ ਫਰਵਰੀ ਚ ਪਟਣ ਲੱਗਣਾ ਵੀ ਹੈ ਤਾਂ ਥਲੋਂ ਹਜੇ ਗਿੱਲਾ ਪਰ ਇਹਨੂੰ ਹਜੇ ਇੱਕ ਪਾਣੀ ਹੋਰ ਲਾ ਦਈਏ ਕਿਉਂਕਿ ਫਿਰ ਜਾਨੂੰ ਉਹ ਪੱਟ ਕੇ ਇਧਰ ਆਵਾਂਗੇ ਪੱਟਣ ਲੱਗਾਂਗੇ ਫਿਰ ਇਹਨਾਂ ਨੇ ਉਹ ਹੋ ਜਾਣਾ ਜ਼ਿਆਦਾ ਸੁੱਕੇ ਜਾਣਾ ਬੱਟਾ ਨੇ ਇਹਨੂੰ ਇੱਕ ਵਾਰ ਪਾਣੀ ਲਾਣੇ ਆ ਤਾਂ ਹੋਰ ਥੋੜਾ ਜਿਹਾ ਪਤਲਾ ਪਤਲਾ ਲਾਵਾਂਗੇ ਤੇ ਚਲੋ ਬੇਲਾਂ ਵਿੱਚ ਗਿਰੀਆਂ ਨੇ ਪਾਣੀ ਤਾਂ ਚਲੋ ਭਰ ਕੇ ਹੀ ਲੱਗਦਾ ਹੁੰਦਾ ਹੁਣ ਆਇਆ ਤਾਂ ਹੁਣ ਛਿੜਕੇ ਦਾ ਲੱਗਦਾ ਨਹੀਂ ਤੇ ਆਹ ਮੁੰਡੇ ਸਪਰੇਅ ਕਰ ਰਹੇ ਨੇ ਤੇ ਆਲੂ ਵਧੀਆ ਇਧਰ ਬੇਲ ਵੀ ਸਾਰੀ ਤਕਰੀਬਨ ਬਹੁਤ ਜ਼ਿਆਦਾ ਜਣੀ ਇਧਰ ਬਿਮਾਰੀ ਪੈਣ ਤੋਂ ਪਹਿਲਾਂ ਸਪਰੇਅ ਹੋ ਗਈ ਸੀ ਉਧਰਲੇ ਪਲਾਟ ਦੀ ਆਪਣੀ ਸਪਰੇ ਹੋਈ ਸੀ ਜਦ ਬਿਮਾਰੀ ਪੈ ਚੁੱਕੀ ਸੀ ਇਸ ਕਰਕੇ ਫਿਰ ਉਹ ਥੋੜਾ ਜਿਹਾ ਸਾਂਭਣ ਜੇ ਆਪਾਂ ਨੂੰ ਦਿੱਕਤ ਆਈ ਆ ਜਣੀ ਚਲੋ ਫਿਰ ਵੀ ਸਾਂਭਿਆ ਗਿਆ ਉਹ ਵੀ ਠੀਕ ਆ ਐਡਾ ਜਿਆਦਾ ਮਾੜਾ ਨਹੀਂ ਹੈਗਾ ਦੇਖੋ ਬਾਕੀ ਤੁਸੀਂ ਮਾਰੋ ਸਾਰੇ ਨਿਗਾ ਵੀ ਆਪਣਾ ਐਲਰ ਐਲਰਬੀ ਆ ਇਹ ਤੇ ਕਿਵੇਂ ਖੜਾ ਇਹ ਵੈਸੇ ਆਪਣਾ ਨਵਾਂ ਬੀਆ ਲਾਇਆ ਹੋਇਆ ਸਾਰਾ ਇਹ ਪਿਛਲੇ ਸਾਲ ਆਪਣੇ ਨਵਾਂ ਲੈ ਕੇ ਤਿਆਰ ਕੀਤਾ ਸੀ ਇਹ ਆਪਣਾ ਨਵਾਂ ਲਾਇਆ ਹੋਆ ਉਧਰ ਆਪਣਾ ਥੋੜਾ ਜਣੀ 2 ਸਾਲ ਪਰਾਣਾ ਵੀ ਇਹੜਾ ਉਧਰ ਲਈ ਮੋਟਰ ਤੇ ਲਾਇਆ ਹੋਇਆ ਆਪਣੇ ਉਹੀ 15 ਕਿਲੋ ਆਲੂਆਂ ਲਾਏ ਹੋਏ ਨੇ ਆਪਦੇ ਤੇ ਬਾਕੀ ਗਣਕੁਣਕਾ ਤੇ ਮਾਰੋ ਨਿਗਾ ਕਿਵੇਂ ਆ ਜਣੀ ਇਹ ਚ ਬੇਲ ਕੋਈ ਉਹ ਨਹੀਂ ਹੈਗੀ ਖਰਾਬ ਨਹੀਂ ਹੋਈ ਵੀ ਇੰਨੀ ਜ਼ਿਆਦਾ ਨਹੀਂ ਠੀਕ ਆ ਬਾਕੀ ਆ ਹੁਣ ਆਪਾਂ ਸਪਰੇਅ ਕਰਾਤੀ ਚਲੋ ਇਹ ਵੀ ਹੁਣ 5-7 ਦਿਨ ਲਖਾਊਗੀ ਬਾਕੀ ਤੇ ਦੇਖੀ ਜੋ ਕੀ ਬਣਦਾ ਤੇ ਹੁਣ ਮਾਰੋ ਨਿਗਾ ਵੀਰ ਸਾਰੇ ਕਿਵੇਂ ਆ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਲਿਖੋ ਤੇ ਆਪਣੀ ਕੋਈ ਵੀ ਵੀਡੀਓ ਦੇ ਵਿੱਚ ਕਮੀ ਆਉਂਦੀ ਆ ਤੁਹਾਨੂੰ ਲੱਗਦੀ ਆ ਵੀ ਹਾਂ ਇਹ ਵੀਡੀਓ ਚ ਕਮੀ ਆ ਤੇ ਉਹਦੇ ਬਾਰੇ ਵੀ ਮੈਨੂੰ ਜਰੂਰ ਦੱਸੋ ਵੀ ਅਗਲੀ ਵਾਰ ਮੈਂ ਜਦੋਂ ਵੀਡੀਓ ਬਣਾਵਾਂ ਉਹ ਗੱਲ ਦੀ ਗੌਰ ਰੱਖ ਕੇ ਵੀਡੀਓ ਬਣਾਵਾਂ ਤੇ ਆਪਾਂ ਹੁਣ ਅ ਅੱਗੇ ਫੇਰ ਕੋਈ ਕੰਮ ਕਰਾਂਗੇ ਤੇ ਫੇਰ ਮੈਂ ਵੀਡੀਓ ਬਣਾਉਂਗਾ ਤੇ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਰਾਜੀ ਖੁਸ਼ੀ ਰਹੋ ਤੇ ਆਪਣੇ ਚੈਨਲ ਨੂੰ ਵੀਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਹਨੂੰ ਆਪਣੇ ਨੂੰ ਫੋਲੋ ਕਰੋ ਵੀਰ ਵੀ ਸਪੋਰਟ ਕਰੋ ਵੀ ਹਾਂ ਇਹ ਮੈਂ ਇੱਕ ਜ਼ਿੰਮੇਦਾਰ ਹੋ ਕੇ ਚਲੋ ਜਿੰਨਾ ਕ ਵਧੀਆ ਜਿੰਮੇਦਾਰ ਕੰਮਕਾਰ ਕਰਦਾ ਤੇ ਆਪਣੇ ਭਰਾਵਾਂ ਨਾਲ ਸ਼ੇਅਰ ਕਰਕੇ ਤੇ ਆਪਣੇ ਭਰਾਵਾਂ ਦੀ ਸਲਾਹ ਲੈਣਾ ਤੇ ਇਸ ਕਰਕੇ ਵੀਰ ਮੈਨੂੰ ਸਪੋਰਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ